ਘਰ ਦੇ ਵਿੱਚ ਸੁੱਤੇ ਪਏ ਪਰਿਵਾਰ ਦੇ ਉੱਤੇ ਅਚਾਨਕ ਹੀ ਦੀਵਾਰ ਡਿੱਗੀ ਹੈ, ਜਿਸ ਦੇ ਕਾਰਨ ਪਰਿਵਾਰ ਦੇ 4 ਜੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਭਿਆਨਕ ਹਾਦਸਾ ਵਾਪਰਿਆ, ਇੱਕ ਸੁੱਤੇ ਹੋਏ ਪਰਿਵਾਰ ਦੇ ਉੱਤੇ ਦੀਵਾਰ ਡਿੱਗੀ ਹੈ, ਜਿਸ ਦੇ ਕਾਰਨ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਰਾਤ ਨੂੰ ਤੇਜ਼ ਬਾਰਿਸ਼ ਅਤੇ ਝੱਖੜ ਚੱਲਿਆ ਤਾਂ ਅਚਾਨਕ ਹੀ ਦੀਵਾਰ ਜੋ ਹੈ ਉਹ ਪਰਿਵਾਰ ਦੇ ਸੁੱਤੇ ਹੋਏ ਜੀਆਂ ਦੇ ਉੱਤੇ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਚੀਕ ਚਿਹਾੜਾ ਪੈ ਜਾਂਦਾ ਹੈ। ਆਲੇ ਦੁਆਲੇ ਤੋਂ ਲੋਕ ਮੌਕੇ ਦੇ ਉੱਤੇ ਜਦੋਂ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਦੀਵਾਰ ਦੇ ਹੇਠਾਂ 4 ਜੀ ਜੋ ਨੇ ਪਰਿਵਾਰ ਦੇ ਉਹ ਫਸੇ ਹੁੰਦੇ ਨੇ, ਜਿਨ੍ਹਾਂ ਨੂੰ ਕੜੀ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਜਾਂਦਾ, ਜਿਸ ਦੇ ਕਾਰਨ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ। ਤਾਂ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਤੇਜ਼ ਬਾਰਿਸ਼ ਅਤੇ ਝੱਖੜ ਦੇ ਕਾਰਨ ਇੱਕ ਦੀਵਾਰ ਜੋ ਹੈ ਸੁੱਤੇ ਹੋਏ ਪਰਿਵਾਰ ਦੇ ਉੱਤੇ ਡਿੱਗੀ ਹੈ, ਜਿਸ ਦੇ ਕਾਰਨ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ। ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਠੀਕ ਠਾਕ ਸੀ, ਪਰ ਅਚਾਨਕ ਹੀ ਜਦੋਂ ਰਾਤ ਨੂੰ 3 ਵਜੇ ਦੇ ਕਰੀਬ ਤੇਜ਼ ਬਾਰਿਸ਼ ਹੋਈ ਅਤੇ ਨਾਲ ਹੀ ਹਵਾ ਦਾ ਝੋਂਕਾ ਵੱਜਦਾ ਹੈ ਤਾਂ ਅਚਾਨਕ ਹੀ ਦੀਵਾਰ ਉਹਨਾਂ ਦੇ ਉੱਪਰ ਡਿੱਗ ਜਾਂਦੀ ਹੈ। ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਪਰਿਵਾਰ ਦੇ ਜੀਆਂ ਦੇ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ 2 ਦਿਨਾਂ ਤੋਂ ਤੇਜ਼ ਬਾਰਿਸ਼ ਅਤੇ ਝੱਖੜ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਜਿਸ ਦੇ ਕਾਰਨ ਹੀ ਕਿਹਾ ਜਾ ਰਿਹਾ ਕਿ ਹੁਣ ਇਹ ਵੀ ਭਿਆਨਕ ਹਾਦਸਾ ਵਾਪਰਿਆ। ਤਾਂ ਮੋਗਾ ਤੋਂ ਇਹ ਖਬਰ ਸਾਹਮਣੇ ਆਈ ਹੈ। ਸੋ ਨਾ ਬਾਰਿਸ਼ ਸੀਗੀ ਅਤੇ ਹਵਾ ਚੱਲੀ ਜਾਂਦੀ ਸੀ ਬਹੁਤ ਜ਼ਿਆਦਾ, ਅਤੇ ਵਿਹੜੇ ਸੁੱਤੇ ਪਏ ਸੀਗੇ ਅਤੇ ਇੱਕਦਮ ਕੰਧ ਡਿੱਗ ਪਈ ਉੱਪਰ। ਕਿੰਨੇ ਜਣੇ ਸੀਗੇ? ਮੈਂ ਸੀ, ਡੈਡੀ ਸੀ, ਮੰਮੀ ਸੀ, ਭੈਣ ਸੀ, 4 ਜਣੇ। ਕਿੰਨੀਆਂ ਸੱਟਾਂ ਵੱਜੀਆਂ? ਸੱਟਾਂ ਕਾਫੀ ਆ, ਸਿਰ ਦੇ ਵਿੱਚ ਜ਼ਿਆਦਾ ਸੱਟਾਂ। ਰੈਫਰ ਵੀ ਕੀਤਾ ਗਿਆ? ਨਹੀਂ, ਪਾਪਾ ਜੀ ਨੂੰ ਲੈ ਕੇ ਆ ਫਰੀਦਕੋਟ। ਜ਼ਿਆਦਾ ਸੱਟਾਂ ਉਹਨਾਂ ਦੀ? ਸ਼ਾਇਦ ਜ਼ਿਆਦਾ ਸ਼ੱਟ ਆ। ਇਹ ਕੰਧ ਡਿੱਗੀ ਕਿਵੇਂ? ਬਾਰਿਸ਼ ਨਾਲ ਗਿਰੀ ਹੈ ਜਾਂ ਹਵਾ ਨਾਲ ਗਿਰੀ? ਬਾਰਿਸ਼ ਵੀ ਸੀ, ਹਵਾ ਵੀ ਸੀਗੀ। ਪੱਕੀ ਹੈ ਕੰਧ? ਹਾਂਜੀ, ਨਹੀਂ 4 ਇੰਚ ਸੀਗੀ, ਜ਼ਿਆਦਾ ਪੱਕੀ ਨਹੀਂ ਸੀਗੀ। ਕਿੰਨੇ ਕੁ ਵਜੇ ਗਿਰੀ ਹੈ ਕੰਧ? ਡਿੱਗੀ ਹੈ ਉਹ 3:30 ਦਾ 4 ਦਾ ਟਾਈਮ ਹੋਊਗਾ। ਉਹ ਜੀ 3 ਵਜੇ ਦਾ ਹਾਦਸਾ ਜੀ, ਜਿਹੜੇ ਬਾਰਿਸ਼ ਆਈ ਹੈਗੀ ਅਤੇ ਉਦੋਂ ਜੀ ਤੁਰੰਤ ਉਹਨਾਂ ਦੇ ਉੱਤੇ ਨਾ ਕੰਧ ਡਿੱਗ ਪਈ ਜੀ ਉਹ, ਅਤੇ ਸਾਨੂੰ ਜਦੋਂ ਪਤਾ ਲੱਗਿਆ ਜੀ ਅਤੇ ਅਸੀਂ ਫਿਰ ਭੱਜ ਕੇ ਆ ਗਏ ਅਤੇ ਉਹਨਾਂ ਨੂੰ ਇੱਥੇ ਹੋਸਪਿਟਲ ਲੈ ਕੇ ਆਏ ਜੀ ਮੋਗੇ। ਅਤੇ ਜਿਹੜੇ 3-4 ਜਣੇ ਹੈ ਜੀ ਇਹ, ਅਤੇ ਦੂਜਿਆਂ ਨੂੰ ਜਿਹੜੇ ਬਜ਼ੁਰਗ ਬੰਦੇ ਆ ਜੀ ਉਹਨਾਂ ਨੂੰ ਰੈਫਰ ਤਾਂ ਇਹਨਾਂ ਨੇ ਫਰੀਦਕੋਟ ਕਰਤਾ ਜੀ, ਅਤੇ ਦੂਜਿਆਂ ਦੇ ਜ਼ਖਮੀ ਜਿਹੜੀਆਂ ਸੱਟਾਂ ਜੀ। ਇਹ 4-5 ਜਣੇ ਸੀਗੇ ਸਾਰੇ ਸੁੱਤੇ ਪਏ ਜੀ। ਕੰਧ ਗਿਰਨ ਦਾ ਕਾਰਨ ਕੀ ਹੈ? ਹਵਾ ਤੇਜ਼ ਆਈ ਜੀ, ਉਹਦਾ ਕਾਰਨ ਹੀ ਹੈ ਜੀ ਬਣੀ ਤਾਂ। ਸੱਟਾਂ ਬੱਚਿਆਂ ਦੇ ਤਾਂ ਨੋਰਮਲ ਹੀ ਹੈਗੀ, ਅਤੇ ਚਾਚੇ ਦੇ ਥੋੜ੍ਹੀ ਜਿਹੀ ਸੀਰੀਅਸ ਵੀ ਲੱਗਦੀ। ਹਾਂਜੀ, 4 ਜਣੇ।